ਕਿ ਸਬਜ਼ੀ ਦੀ ਪਲੇਟ ਵਿੱਚ ਬੋਡੀ ਪਾ ਕੇ ਤੇ ਦੋ ਰੋਟੀਆਂ ਜਿਹੜਾ ਗਰਮਾ ਗਰਮ ਜ਼ਰਾ ਭੇਜ ਦਿਓ ਜਲਦੀ ਨਾਲ। ਸਰ ਸਬਜ਼ੀ ਦਰਅਸਲ ਨਾ ਖਤਮ ਹੋਈ ਸੀ ਹੁਣੇ ਹੁਣੇ ਤੇ ਮੈਂ ਕਿਹਾ ਕਿ ਦਾਲ ਵੀ ਆਈ ਪੀ ਇਹ ਮਟਨ ਛੋਟਾ ਗੋਸ਼ਤ ਤੇ ਦਾਲ ਹੈ ਜੀ। ਮਜ਼ਾ ਆ ਗਿਆ। ਇਹ ਜਿਹੜਾ ਤੁਸੀਂ ਬਿੱਲ ਲੈ ਕੇ ਆਓ ਨਾ ਉਹ ਜ਼ਰਾ ਪੱਕਾ ਲੈ ਕੇ ਆਣਾ ਕਿਉਂਕਿ ਮੈਂ ਦਫ਼ਤਰ ਜਮ੍ਹਾਂ ਕਰਾਉਣਾ ਹੈ। ਕਿਹੜੇ ਦਫ਼ਤਰ 'ਚ ਮੁਲਾਜ਼ਮ ਹੋ ਜੀ ਤੁਸੀਂ? ਜੀ ਮੈਂ ਵਾਟਰ 'ਚ ਮੁਲਾਜ਼ਮ ਹਾਂ। ਸਰ ਇਹ ਤੁਹਾਡਾ ਟੋਟਲ ਬਿੱਲ। ਮਿਹਰਬਾਨੀ ਸਰ ਇਹ ਸਾਰਾ ਬਿੱਲ ਮੇਰਾ ਹੈ। ਮੈਂ ਸਿਰਫ ਦਾਲ ਤੇ ਦੋ ਰੋਟੀਆਂ ਖਾਧੀਆਂ ਸਰ। ਮੈਂ ਤੁਹਾਨੂੰ ਟੋਟਲ ਦੱਸਦਾ ਕੀ ਹੈਗਾ ਤੇ ਜਿਸ ਪੇਪਰ ਤੇ ਬਿੱਲ ਬਣਿਆ 50 ਰੁਪਏ ਦਾ ਤੇ ਜਿਹੜੀ ਇੱਥੇ ਪੈਨਸਲ ਚਲੀ 50 ਉਹਦਾ ਟੋਟਲ ਹੋ ਗਿਆ 1870 ਤੇ ਜਿਹੜੀ ਤੁਸੀਂ ਇੱਥੇ ਬਹਿ ਕੇ ਹਵਾ ਲਈਏ ਸਾਲ 100 ਉਹਦਾ 1970 ਤੇ 30 ਰੁਪਏ ਮੇਰੇ। ਜ਼ਿਆਦਾ ਗੱਲ ਕਰੋਗੇ ਚਾਰਜਰ ਵੱਧ ਜਾਣਗੇ, ਇਹ ਟੈਕਸ ਹੈ ਸਾਰਾ। ਭਾਈ ਸਾਹਿਬ ਇੱਕ ਸਬਜ਼ੀ ਦੀ ਪਲੇਟ ਤੇ ਨਾਲ ਕੋਈ ਬੋਟੀ ਪਾ ਦੇਣਾ ਠੀਕ ਹੈ। ਹਾਂਜੀ ਪੰਜ ਦਾ ਕੋਰਮਾ ਲੈ ਲਓ ਲਾਜ਼ਮੀ ਤੁਸੀਂ ਇਹਨਾਂ ਦੇ ਆਪਸ ਚ ਜੰਗ ਕਰਾਣੀ। ਨਹੀਂ ਮੇਰਾ ਦਿਲ ਕਰ ਰਿਹਾ ਸਬਜ਼ੀ ਖਾਣ ਤੇ ਤੇ ਮੈਂ ਕਹਿੰਦਾ ਅਗਰ ਨਾਲ ਵਿੱਚ ਬੋਟੀ ਹੋਏ ਤੇ ਮਜ਼ਾ ਆ ਜਾਵੇਗਾ। ਤੇ ਬੋਟੀ ਦੀ ਮੈਂ ਤਸਵੀਰ ਖਿੱਚ ਦੇਣਾ ਤੇ ਸਬਜ਼ੀ ਖਾਈ ਜਾਓ। ਭਾਣ ਕੈਸੀ ਗੱਲ ਕਰਦੇ ਹੋ, ਸਬਜ਼ੀ ਲੈਦਾ ਗੋਸ਼ਤ ਰਹਿਦਾ? ਸਰ ਮੈਂ ਖਾਣੀ ਹੈ ਤੁਸੀਂ ਖਾਣੀ? ਮੇਰਾ ਜੋ ਦਿਲ ਕਰੇ ਮੈਂ ਤੁਹਾਨੂੰ ਆਰਡਰ ਦੇ ਰਿਹਾ, ਤੁਸੀਂ ਮੇਰਾ ਆਰਡਰ ਲਵੋ ਕਿ ਸਬਜ਼ੀ ਦੀ ਪਲੇਟ ਵਿੱਚ ਬੋਟੀ ਪਾ ਕੇ ਤੇ ਦੋ ਰੋਟੀਆਂ ਜਿਹੜਾ ਗਰਮਾ ਗਰਮ ਜ਼ਰਾ ਭੇਜ ਦਿਓ ਜਲਦੀ ਨਾਲ। ਤੜਕਾ ਲਾ ਕੇ? ਤੇ ਤੜਕਾ ਹੀ ਲਾਣਾ, ਹੋਰ ਕੀ, ਕੜਾਈ ਉਂਝ ਮੂਹਰੇ ਮਾਰਨੇ। ਚਲੋ ਠੀਕ, ਅੱਛਾ ਸਾਡੇ ਨਾਲ ਦਫ਼ਤਰ ਹੈ, ਉਹ ਵੀ ਕਮਰਾ ਹੈ ਖਾਣੇ ਦਾ, ਰਸੇ ਉੱਥੇ ਬੈਠੋ ਤੁਸੀਂ। ਚਲੋ ਮੈਨੂੰ ਉੱਥੇ ਦੇ ਦਿਓ, ਮੈਂ ਉੱਥੇ ਆ ਰਿਹਾ, ਉੱਥੇ ਲੈ ਕੇ। ਹੁਣ ਖਾਣਾ ਜਲਦੀ ਲੈ ਆਏ ਸਹੀ। ਉਹ ਇੰਨੀ ਦੇਰ? ਹਾਂਜੀ ਬਸ ਮੈਂ ਖਾਣਾ ਖਾ ਕੇ ਆ ਹੀ ਰਿਹਾ। ਹਾਂ ਬਸ ਤੁਸੀਂ ਖੜੇ ਹੋ, ਮੈਂ ਬਸ ਆ ਹੀ ਰਿਹਾ ਖਾਣਾ ਖਾ ਕੇ। ਹਾਂਜੀ ਇਹ ਹੋਟਲ 'ਤੇ ਬੈਠਾ। ਹਾਂਜੀ ਬਾਈ ਲੈ ਆਓ ਖਾਣਾ। ਇਹ ਕੀ ਭੈਣ? ਦਾਲ ਗੋਸ਼ਤ। ਉਹ ਮੈਂ ਸਬਜ਼ੀ ਗੋਸ਼ਤ ਕਿਹਾ ਕਿ ਐਸਾ? ਸਰ ਸਬਜ਼ੀ ਦਰਅਸਲ ਨਾ ਖਤਮ ਹੋਈ ਸੀ ਹੁਣੇ ਹੁਣੇ ਤੇ ਮੈਂ ਕਿਹਾ ਕਿ ਦਾਲ ਵੀ ਆਈ ਪੀ ਇਹ ਮਟਨ ਛੋਟਾ ਗੋਸ਼ਤ ਤੇ ਦਾਲ ਹੈ। ਉਹ ਪਰੇ ਜੀ ਤੇ ਬੋਟੀ ਹੈ ਹੀ ਨਹੀਂ। ਉਹ ਬੋਟੀ ਹੋ ਗਈ ਸੀ ਖਤਮ, ਲੇਕਿਨ ਸਾਰੇ ਜਿਹੜਾ ਬੱਕਰੇ ਦਾ ਅਸਰ ਸੀ ਨਾ ਉਹ ਦਾਲ ਦੇ ਵਿੱਚ ਚਲਾ ਗਿਆ। ਉਹ ਤੁਸੀਂ ਖਾਓ ਕਿ ਤੁਹਾਨੂੰ ਤਾਕਤ ਬੱਕਰੇ 'ਚ ਨਹੀਂ ਆਈ। ਇਹ ਵਾਕਈ ਟੇਸਟ ਸਹੀ ਹੈ ਨਾ? ਸਰ ਤੁਸੀਂ ਖਾਓ ਤਾਂ ਸਹੀ, ਮੈਂ ਹੁਣੇ ਆ ਰਿਹਾ, ਖਾਓ ਤੁਸੀਂ। ਪਾਣੀ ਵੀ ਲੈ ਕੇ ਆਓ। ਮਜ਼ਾ ਆ ਗਿਆ। ਸਰ ਆ ਪਾਣੀ। ਓ ਮਿਹਰਬਾਨੀ ਸਰ, ਕੁਛ ਹੋਰ ਚਾਹੀਦਾ? ਨਹੀਂ ਨਹੀਂ ਖਾਣਾ ਤੁਹਾਡਾ ਵਾਕਈ ਬਹੁਤ ਮਜ਼ੇਦਾਰ ਸੀ। ਬਹੁਤ ਮਿਹਰਬਾਨੀ, ਚਾਹੀਦਾ ਕੋਈ ਨਹੀਂ। ਇੱਕ ਮਿਹਰਬਾਨੀ ਕਰਨਾ ਮੇਰੇ ਤੇ, ਇਹ ਜਿਹੜਾ ਤੁਸੀਂ ਬਿੱਲ ਲੈ ਕੇ ਆਓ ਨਾ ਉਹ ਜ਼ਰਾ ਪੱਕਾ ਲੈ ਕੇ ਆਉਣਾ ਕਿਉਂਕਿ ਮੈਂ ਦਫ਼ਤਰ ਜਮ੍ਹਾਂ ਕਰਾਉਣਾ। ਕਿਹੜੇ ਦਫ਼ਤਰ 'ਚ ਮੁਲਾਜ਼ਮ ਹੋ ਜੀ ਤੁਸੀਂ? ਜੀ ਮੈਂ ਵਾਟਰ 'ਚ ਮੁਲਾਜ਼ਮ ਹਾਂ। ਵਾਟਰ 'ਚ ਕੀ ਕਰਦੇ ਜੀ? ਮੀਟਰ ਰੀਡਰ ਹੈ ਜੀ। ਜਨਾਬ ਤੁਸੀਂ ਆਏ ਹੋ, ਤੁਹਾਨੂੰ ਪੱਕਾ ਬਿੱਲ ਚਾਹੀਦਾ? ਜੀ ਪੱਕਾ ਬਿੱਲ ਚਾਹੀਦਾ। ਤੁਸੀਂ ਬੈਠੋ, ਮੈਂ ਪੱਕਾ ਬਿੱਲ ਲੈ ਕੇ ਆ ਜਾਵਾਂ। ਚਲੋ ਠੀਕ ਹੈ। ਸਰ ਇਹ ਤੁਹਾਡਾ ਟੋਟਲ ਬਿੱਲ। ਮਿਹਰਬਾਨੀ ਸਰ ਇਹ ਸਾਰਾ ਬਿੱਲ ਮੇਰਾ ਹੈ। ਹਾਂਜੀ ਸਰ ਤੁਹਾਡਾ ਬਿੱਲ ਹੈ 1970। ਹਾਂਜੀ 30 ਰੁਪਏ ਮੇਰੇ ਪਾ ਕੇ 2000 ਰੁਪਏ ਹੋ ਗਏ। ਸਰ ਮੈਂ ਸਿਰਫ ਦਾਲ ਤੇ ਦੋ ਰੋਟੀਆਂ ਖਾਧੀਆਂ। ਸਰ ਮੈਂ ਤੁਹਾਨੂੰ ਟੋਟਲ ਦੱਸਦਾ ਕੀ ਹੈਗਾ
ਰੋਟੀ 50 ਰੁਪਏ ਦਾਲ ਗੋਸ਼ਤ 200 ਰੁਪਏ ਤੇ ਜਿਸ ਪਲੇਟ 'ਚ ਦਾਲ ਆਈ 100 ਉਹਦਾ ਜਿਸ ਕੁਰਸੀ 'ਚ ਬੈਠੇ 100 ਉਹਦਾ ਜਿਸ ਟੇਬਲ 'ਤੇ ਖਾਧਾ 100 ਉਹਦਾ ਅੱਜ ਪੰਖੇ ਦੀ ਹਵਾ ਲਾ ਰਹੀ 200 ਇਹਦਾ ਅੱਜ ਲਾਈਟ ਇਸਤੇਮਾਲ ਜਿਹੜੀ 100 ਇਹਦਾ ਜਿਹੜਾ ਪਾਣੀ ਪੀਤਾ 50 ਉਹਦਾ 50 ਰੁਪਏ ਗਲਾਸ ਦਾ ਜਿਹੜੀ ਸਰਵਿਸ ਆਉਣ ਜਾਣ ਮੈਂ ਦੋ ਦਫ਼ਾ ਗਿਆ 100 ਰੁਪਏ ਉਹਦਾ ਜਿਹੜੀ ਦਾਲ ਫਰਾਈ ਕੀਤੀ 100 ਉਹਦਾ ਰੋਟੀ ਜਿਹੜੀ ਗੈ ਰੋਟੀ ਪੱਕੀ ਉਸ ਗੈਸ ਦਾ 100 ਰੁਪਇਆ ਅਤੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 100 ਰੁਪਏ ਇਹਦਾ ਜਿਹੜੀ ਵਿੱਚ ਨਮਕ ਮਿਰਚ ਪਈ 100 ਰੁਪਏ ਇਹਦਾ ਅਤੇ ਜਿਹੜਾ ਤੁਸੀਂ ਟੇਸਟ ਖਾਧਾ ਮਜ਼ਾ ਆਇਆ 100 ਰੁਪਏ ਦਾ LCD ਚਾਰਜਰ LCD ਬੰਦ ਪਈ ਤੁਸੀਂ ਨਹੀਂ ਵੇਖੀ ਲੇਕਿਨ 200 ਰੁਪਏ ਇਹਦਾ ਅਤੇ ਜਿਸ ਪੇਪਰ 'ਤੇ ਬਿੱਲ ਬਣਿਆ 50 ਰੁਪਏ ਦਾ ਅਤੇ ਜਿਹੜੀ ਇੱਥੇ ਪੈਨਸਲ ਚਲੀ 50 ਉਹਦਾ ਟੋਟਲ ਹੋ ਗਿਆ 1870 ਅਤੇ ਜਿਹੜੀ ਤੁਸੀਂ ਇੱਥੇ ਬਹਿ ਕੇ ਹਵਾ ਲਈਏ ਸਾਲ 100 ਉਹਦਾ 1970 ਅਤੇ 30 ਰੁਪਏ ਮੇਰੇ ਜ਼ਿਆਦਾ ਗੱਲ ਕਰੋਗੇ ਚਾਰਜਰ ਵੱਧ ਜਾਣਗੇ ਇਹ ਟੈਕਸ ਹੈ ਸਾਰਾ ਸਰ ਸਾਰਾ ਟੈਕਸ ਮੇਰੇ ਕਿਸ ਖਾਤੇ 'ਚ ਸਰ ਮੈਂ ਤੁਹਾਨੂੰ ਇਹ ਦੱਸ ਦਾਂਗਾ ਇਹ ਤੁਹਾਡਾ ਬਿਜਲੀ ਦਾ ਬਿੱਲ ਹੈ ਹਾਂਜੀ ਇਹ ਜਿੰਨੇ ਟੈਕਸ ਉੱਤੇ ਲੱਗੇ ਹੋਏ ਨੇ ਹਾਂਜੀ ਟੀਵੀ ਟੈਕਸ ਫੋਨ ਬਿੱਲ ਇਹ ਜਿੰਨੇ ਟੈਕਸ ਨੇ ਇਹਦੇ 'ਚ ਮੇਰਾ ਕੀ ਕਸੂਰ ਹੈ ਸਰ 50 ਰੁਪਏ ਤੁਹਾਡੇ ਹੋਰ ਵੱਧ ਗਏ ਉਹ ਖਾਤੇ ਜੀ ਇਹ ਗਲਾਸ ਚੁੱਕਣ ਦੇ ਸਰ ਸਰ ਅੱਜ ਅਸੀਂ ਤੁਹਾਨੂੰ ਬੜਾ ਤਾਉਣ ਕਰ ਰਹੇ ਹਾਂ ਤੁਹਾਡਾ ਬੜਾ ਖਿਆਲ ਕਰ ਰਹੇ ਹਾਂ ਸਾਨੂੰ ਪਤਾ ਤੁਸੀਂ ਮੁਲਾਜ਼ਮ ਹੋ ਅੱਜ ਮੈਂ ਤੁਹਾਡੇ ਕਾਫੀ ਟੈਕਸ ਜਿਹੜੇ ਮੈਂ ਤੁਹਾਨੂੰ ਛੱਡ ਦਿੱਤੇ ਜਿਹੜੇ ਬਰਤਨ ਧੋਣ ਵਾਲਾ ਸਾਬਣ ਉਹਦਾ ਟੈਕਸ ਛੱਡ ਦਿੱਤਾ ਤੇ ਜਿਹੜਾ ਤੁਸੀਂ ਇੱਥੇ ਮੋਬਾਈਲ ਦੇਖਿਆ ਉਹਦਾ ਟੈਕਸ ਛੱਡ ਦਿੱਤਾ ਤੇ ਜਿਹੜਾ ਚਾਰਜ ਕਰਦੇ ਨੇ ਉਹਦਾ ਟੈਕਸ ਛੱਡ ਦਿੱਤਾ ਤੇ ਕਾਫੀ ਟੈਕਸ ਨੇ ਅੱਜ ਮੈਂ ਤੁਹਾਨੂੰ ਛੱਡ ਦਿੱਤੇ ਨੇ ਸਿਰਫ ਤੁਹਾਡਾ ਨਾਲ ਤਾਉਣ ਹੈਗਾ ਤੁਹਾਡਾ ਨਾਲ ਮੁਹੱਬਤ ਕਰ ਰਹੇ ਹਾਂ ਤਾਂ ਕਿ ਤੁਸੀਂ ਲੋਕ ਸਾਨੂੰ ਬੁਰਾ ਨਾ ਕਰੋ ਜੀ ਇਹ ਨਹੀਂ ਕਿਸ਼ਤਾਂ ਨਹੀਂ ਹੋ ਸਕਦੀ ਨਹੀਂ ਸਰ ਕੰਪਨੀ ਨੇ ਕਿਸ਼ਤਾਂ ਮਨਾ ਕੀਤੀਆਂ ਨੇ ਇਹਦੇ ਅਸੀਂ ਤੁਹਾਨੂੰ ਨਾ ਇਹ ਸ਼ਾਲਾਮਾਰ ਬਾਗ ਉੱਥੇ ਹੋਟਲ ਉੱਥੇ ਸਾਡੇ ਇੱਕ ਮੈਨੇਜਰ ਸਾਹਿਬ ਬੈਠੇ ਉਹਨਾਂ ਨੇ ਡਿਸਕਸ ਕਰਨੀ ਪਏਗੀ ਫਿਰ ਤੁਹਾਨੂੰ ਜਾਣਾ ਪਏਗਾ ਮੁਗਲਪੁਰੇ ਮੁਗਲਪੁਰੇ ਇੱਕ ਬੰਦਾ ਤੁਹਾਨੂੰ ਉਹ ਪਰਮਿਸ਼ਨ ਦੇਗਾ ਅਗਰ ਪਰਮਿਸ਼ਨ ਦੇਗਾ ਤਾਂ ਉਸ ਤੋਂ ਬਾਅਦ 4 ਦਿਨ ਤੁਹਾਨੂੰ ਵੇਟ ਕਰਨਾ ਪਏਗਾ ਫਿਰ ਕਿਸ਼ਤਾਂ ਕਰਾਂਗੇ 19 ਦਿਨ ਤੱਕ ਇਹਦੀ ਡੇਟ ਗੁਜ਼ਰ ਜਾਏਗੀ ਇਹ ਫਿਰ ਤੁਹਾਨੂੰ ਬਿੱਲ ਕਮ ਅਜ਼ ਕਮ 2500 ਰੁਪਏ ਦੇਣਾ ਪਏਗਾ ਹੁਣ ਦਿਓਗੇ ਤਾਂ 2000 ਰੁਪਇਆ 500 ਰੁਪਇਆ ਰਹਿ ਤੇ ਅਤੇ 2000 ਰੁਪਏ ਦੇ ਦਿਓ ਠੀਕ ਹੈ ਜੀ ਚਲੋ ਮੇਰੇ ਨਾਲ ਕਾਊਂਟਰ 'ਤੇ ਚਲੋ ਆਓ